ਚਰਚਾ ਇਹਦਾ ਬਾਜ਼ਾਰ ਗਰਮ ਹੈ ਭਾਈ ਸ਼ਹਿਰੇ ਨਗਰੇ ਚ ਨਗਰ ਨਗਰੋਟੇ ਚ ਕਸਬੇ ਚ ਗ੍ਰਾਂਂ ਪਿੰਡੇ ਚ ਚਰਚਾ ਇਹ ਹੋਆ ਕਰਦੀ ਹੈ ਕਿ ਗੁਲਾਮ ਨਵੀ ਆ자ਦ ਹੋਰ ਪਾਰਟੀ ਛੋੜੀ ਬੈਠੇ ਔਰ ਇੱਕ ਪਾਰਟੀ ਬਣਾ ਕਰ ਦੇਣ ਯੂਟੀ ਸਤਰ ਦੀ ਗੱਲ ਕਿਛ ਲੋਕੇ ਕੀ ਪਛਾਣੀ ਕਰਾ ਕਰਦੀ ਲੋਕ ਆਖਾ ਕਰਦੇ ਨੇ ਇਹਦੇ ਚ ਮੇਰਾ ਕੋਈ ਨਹੀਂ ਮੇ ਹੂਆ ਲਗਾ ਸੁਣਾਨ ਤੁਸੀਂ ਜਿਹੜਾ ਮੈਂ ਰੋਜ਼ ਗ੍ਰਾਂਂ ਜਾਂ ਗੱਡੀ ਚ ਆਉਂਦੇ ਬੱਸੇ ਚ ਔਰ ਬੱਸੇ ਚ ਵੀ ਚਰਚਾ ਹੋਆ ਕਰਦੀ ਕੀ ਕਿ ਜੰਮੂ ਕਸ਼ਮੀਰ ਦੇ ਲੋਕ ਤੁਸੀਂ ਪਤਾ ਕਿ ਸਿਆਸੀ ਤੌਰ ਪਰ ਬੜੇ ਮਜ਼ਬੂਤ ਨੇ ਇੱਕ ਇੱਕ ਚੀਜ਼ ਪਛਾਣਦੇ ਨੇ ਇਸ ਵਾਸਤੇ ਇਹ ਚਰਚਾ ਚਲਾ ਕਰਦੀ ਹੈ ਕਿ ਜਿਹੜੇ ਆਜ਼ਾਦ ਹੋਰ ਨਾ ਉਹ ਨਵੀਂ ਪਾਰਟੀ ਦਾ ਗਠਨ ਕਰਾ ਕਰਦੇ ਨੇ ਜਿਸ ਕੀ ਉਹ ਬੀਜੇਪੀ ਦੀ ਡੀ ਟੀਮ ਆਖਾ ਕਰਦੇ ਹੁਣ ਕੋਈ ਮੰਨਿਆ ਜਾਂ ਨਹੀਂ ਮੰਨਣਾ ਮੈਂ ਇਹਦੇ ਆਪੁਣੀ ਮੰਨਣਾ ਕਰਦਾ ਲੇਕਿਨ ਲੋਕ ਤੇ ਚਰਚਾ ਕਰਦੇ ਨੇ ਭਾਈ ਕੀ ਕਿ ਲੋਕ ਗਾ ਸਾਰੇ ਕੋਲ ਵੱਡੇ ਜੱਜ ਹੁੰਦੇ ਨੇ ਜਿਹੜੇ ਪਈ ਨਹੀਂ ਆ ਚਰਚਾ ਕਰਦੇ ਨਾ ਔਰ ਫੈਸਲਾ ਤੇ ਉਹਨੇ ਕਰਨਾ ਬਟਨ ਉਹਨੇ ਦਬਾਣਾ ਤਾਂ ਕੁਰਸੀ ਤਾਂ ਹੁੰਦੀ ਹੈ ਲੋਕਾਂ 'ਚ ਇਹ ਵੀ ਆਖਣਾ ਹੈ ਕਿ ਗੁਲਾਮ ਨਵੀ ਆਜ਼ਾਦ ਔਰ 50 ਸਾਲ ਉਹਨੇ ਕਾਂਗਰਸ 'ਚ ਰਹੀ ਹੈ ਸੱਤਾ ਦਾ ਸੁਖ ਤੋ ਗਿਆ ਅਸੀਂ ਹੀ ਪਤਾ ਪਿਆ ਆਸ ਤੇ ਨਿੱਕੇ ਨਿੱਕੇ ਹੁੰਦੇ ਆਦੋਂ ਵੀ ਸੁਣਦੇ ਹੈ ਕਿ ਗੁਲਾਮ ਨਵੀ ਆਜ਼ਾਦ ਔਰ ਜਿਹੜੇ ਨਾ ਸੂਚਨਾ ਤੇ ਪ੍ਰਸਾਰਣ ਮੰਤਰੀ ਬਣੇ ਤੇ ਬੜਾ ਚਬਾਤ ਲੱਗਦਾ ਪਈ ਇੱਕ ਡੋਡੇ ਦਾ ਉਠੀ ਹੈ ਇਨਸਾਨ ਜੀ ਹੈ ਦਿੱਲੀ 'ਚ ਏਡੀ ਵੱਡੀ ਕੁਰਸੀ ਰ ਪੁੱਜਿਆ ਪਰ ਗੱਲ ਇੱਥੇ ਮੁੱਕਦੀ ਹੈ ਕਿ ਕਈ ਪਾਰਟੀਆਂ ਉਹ ਵੀ ਆਖਾ ਕਰਦੀਆਂ ਜੀਆਂ ਇਲਤਾਬ ਖਾਰੀ ਹੋਰ ਨੇ ਉਹ ਵੀ ਆਖਾ ਕਰਦੇ ਨੇ ਕਿ ਜਿਹੜੇ ਆ ਆਜ਼ਾਦ ਹੁੰਦੀ ਜਿਹੜੀ ਪਾਰਟੀ ਬਣਾ ਕਰਦੀ ਹੈ ਇਹ ਭਾਜਪਾ ਦੀ ਡੀ ਟੀਮ ਹੈ ਔਰ ਲੋਕਾਂ ਦਾ ਵੀ ਇਹ ਆਖਣਾ ਹੈ ਕਿ ਦਾਲੀ ਚ ਕਿਸ਼ ਕਾਲਾ ਕਾਲਾ ਲੱਭਾ ਕਰਦਾ ਲੋਕ ਇਹ ਵੀ ਬਹੁਤ ਸਾਰਾ ਕਰਦੇ ਨੇ ਕਿ 50 ਸਾਲ ਸੱਤਾ ਦਾ ਸੁੱਖ ਗੁਲਾਮ ਨਵੀ ਯਾਦ ਹੋ ਰਿਹਾ ਪੋ ਗਿਆ ਸ਼ੈਲ ਸ਼ੈਲ ਉਧੇ ਪੜ ਰਹੇ ਚੀ ਮਨਿਸਟਰ ਵੀ ਜੰਮੂ ਕਸ਼ਮੀਰ ਦੇ ਬਣੇ ਕੇਂਦਰੀ ਮੰਤਰੀ ਵੀ ਬਣੇ ਕਾਂਗਰਸ ਦੇ ਮਹਾਸਚੇਵੀ ਰਹੇ ਔਰ ਸਭਨੇ ਕੋਲਾ ਪਾਵਰਫੁਲ ਜਿਹੜੇ ਲੀਡਰ ਹੈ ਉਹ ਗੁਲਾਮ ਨਵੀ ਯਾਦ ਹੋ ਰਹੇ ਐਸਾ ਕਿ ਕਾਰਨ ਹੋਇਆ ਕਿ ਉਹਨੇ ਕੀ ਕਾਂਗਰਸ ਛੋੜਨੀ ਪਈ ਔਰ ਇੱਕ ਯੂਟੀ ਸਤਰ ਦੀ ਜਿਹੜੀ ਰਾਜਨੀਤਿਕ ਪਾਰਟੀ ਹੈ ਉਹ ਬਣਾਕਰ ਦੇ ਨੇ ਲੋਕ ਆਖਾ ਕਰਦੇ ਲੋਕ ਵੀ ਆਖਾ ਕਰਦੇ ਨਾ ਔਰ ਆਹ ਸੁਣੀ ਗੱਲੋ ਮਾ ਕਿ ਰਾਜਸਥਾਨ ਚ ਉਹਨੇ ਕੀ ਰਾਜ ਸਭਾ ਦਾ ਜਿਹੜਾ ਮੈਂਬਰ ਹੈ ਉਹ ਬਣਾਇਆ ਜਾ ਕਰਦਾ ਪਰ ਬਾਅਦ ਚ ਉਬੀ ਜਿਹੜੀ ਇੱਕ ਹੀ ਹੁੰਦੀ ਮੇਦ ਹੀ ਉਹ ਵੀ ਮਟਿਆ ਮੇਟ ਹੋਈ ਹੀ ਉਨੇ ਕੀ ਰਾਜ ਸਭਾ ਮੈਂਬਰ ਨਹੀਂ ਬਣਾਇਆ ਔਰ ਜਿਹੜੇ ਅਹੁਦੇ ਹੁੰਦੇ ਕੋਲ ਹੈ ਇਹ ਉਹ ਵੀ ਖੋਈਲੇ ਪਰ ਪਿਛਲੇ ਦਿਨੇ ਫਿਰ ਸੁਰਖੀਆਂ ਚ ਆਏ ਜਿਸ ਵੇਲੇ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਿਹੜਾ ਨਵਾਂ ਅਧਿਐਖ ਨਿਯੁਕਤ ਉਹਨਾਂ ਹ ਜਿਹੜੇ ਉਹਨੇ ਚਾਰ ਨਾਮ ਭੇਜੇ ਉਹਦੇ ਚ ਵਕਾਰ ਉਹਦਾ ਨਾਮ ਵੀ ਸ਼ਾਮਿਲ ਹ ਪਰ ਐਨ ਮੌਕੇ ਪਰ ਉਹਨੇ ਆਖਿਆ ਭਾਈ ਸੀ ਨਹੀਂ ਬਣਾਣਾ ਜੀਐਮ ਜ਼ਰੂਰੀ ਕੀ ਬਣਾਓ ਉਦੇ ਉੱਪਰ ਲਈ ਹੈ ਆਖ ਦੇਣ ਭਾਈ ਉਹਨੇ ਪਾਰਟੀਆ ਜਿਹੜਾ ਹੈ ਉਹ ਸਤੀਫਾ ਦੀ ਹੈ ਤੇ ਨਵੀਂ ਪਾਰਟੀ ਬਣਾ ਕਰਦੇ ਨੇ ਇਹ ਗੱਲ ਹੋਈ ਨਹੀਂ ਸਕਦੀ ਕਿ ਕਿ ਇਹ ਬੜੀ ਇਨੀ ਹਰੀ ਗੱਲਾਂ ਪਰ ਨਹੀਂ ਕੋਈ ਐਡੀ ਪਾਰਟੀ ਛੋੜਦਾ ਜਿੱਥੇ ਤੋਂ ਕਰ ਲੋਕ ਆਖਾ ਕਰਦੇ ਨੇ ਕਿ ਕਿ ਲੋਕ ਤੇ ਚਰਚਾ ਕਰਦੇ ਕਰਦੇ ਨੇ ਆ ਚੀਜ਼ਾਂ ਦੇਖੀਆਂ ਲੋਕਾਂ ਦਾ ਆਖਣਾ ਹੈ ਕਿ ਬੀਜੇਪੀ ਨੇ ਪਹਿਲਾਂ ਵੀ ਤਜਰਬੇ ਕੀਤੇ ਨੇ ਜੰਮੂ ਕਸ਼ਮੀਰ ਚ ਆਪਣੀ ਪਾਰਟੀ ਜਿਹੜੀ ਹੈ ਇਹ ਆਪਣੀ ਪਾਰਟੀ ਜਿਹੜੀ ਬਣਾਈ ਦੀ ਹੈ ਉਹ ਵੀ ਆਖਦੇ ਨੇ ਬੀਜੇਪੀ ਨੇ ਬਣਾਈ ਫਿਰ ਦੁਇ ਲੋਨ ਸਾਹਿਬ ਦੀ ਜਿਹੜੀ ਪਾਰਟੀ ਸੀ ਉਹ ਵੀ ਆਖਦੇ ਬੀਜੇਪੀ ਨੇ ਬਣਾਈ ਤੇ ਆਖਦੇ ਭਾਈ ਈਖੜੀ ਪਾਰਟੀ ਵੀ ਜਿਹੜੀ ਹੈ ਇਹ ਪਈ ਆਪਣੇ ਬੀਜੇਪੀ ਕੇ ਬਣਾ ਕਰਦੀ ਆ ਪਰ ਦਿਖਣੇ ਵਾਲੀ ਗੱਲ ਇਹ ਹੈ ਸੋਚਣੇ ਵਾਲੀ ਗੱਲ ਇਹ ਹੈ ਕਿ ਬੀਜੇਪੀ ਜੇ ਪਾਰਟੀ ਬਣਾ ਕਰਦੀ ਹੈ ਪਰ ਜਿੱਥੋਂ ਤੱਕ ਗੁਲਾਮ ਨਬੀ ਆਜ਼ਾਦ ਹੁੰਦਾ ਸੰਬੰਧ ਹੈ ਤੇ ਜੰਮੂ ਚ ਜਿਹੜੀ ਪਕੜ ਹੈ ਉਹ ਹੁੰਦੀ ਮਜ਼ਬੂਤ ਲੱਭਾ ਕਰਦੀ ਹੈ ਕਿ ਕਿ ਉਹਾਂ ਵਿਖਿਆ ਜਾ ਤੇ ਲੋਕ ਇਹਦਾ ਆਖਣਾ ਹੈ ਕਿ ਬੀਜੇਪੀ ਕੋਲਾ ਵੀ ਲੋਕ ਜਿਹੜੇ ਨਾ ਥੋੜੇ ਦੂਰ ਹੋਆ ਕਰਦੇ ਨੇ ਲੋਕ ਇਹਦਾ ਆਖਣਾ ਪਈ ਸਾਰੇ ਜਿਹੜੀ ਕੰਮ ਜਿਹੜੇ ਇਹ ਜਿਹੜੇ ਅਸੀਂ ਮੇਦਾ ਰੱਖੀ ਦੀਆਂ ਇਹ ਪਈ ਚਲੋ ਸਾਰੇ ਨਿਆਣਾ ਕੁਦਾ ਨੌਕਰੀ ਚ ਹੋ ਜਾਗ ਜਾਂ ਕੋਈ ਹੋਰ ਜਿਹੜੇ ਕੰਮ ਨੇ ਤੁਸੀਂ ਪਤਾ ਪਈ ਲੋਕੇ ਦੀ ਕੁਥੋਂ ਤੱਕ ਕਰ ਜੰਮੂ ਕਸ਼ਮੀਰ ਦੀ ਮੇਦ ਹੁੰਦੀ ਆ ਹੁੰਦੀ ਆ ਪਈ ਚਲੋ ਜਾਗਤ ਕਰਾ ਦਾ ਇੱਕ ਨੌਕਰ ਹੋਈ ਆ ਪਰ ਹੁੰਦਾ ਇਹ ਆਖਣਾ ਕਿ ਜਾਗਤ ਵੀ ਹਾਲੀ ਤੱਕ ਰੋਂਦੇ ਕੋਈ ਨੌਕਰ ਨਹੀਂ ਹੋਏ ਤੇ ਜਿਹੜੇ ਹੋਏ ਦੇ ਨਾ ਉਭੀਉਣੇਗੀ ਵੀ ਪੱਕੀ ਨੌਕਰੀ ਕੋਈ ਆਖੋ ਤੇ ਨਹੀਂ ਥੋਆ ਕਰਦੀ ਹੜਤਾਲਾਂ ਬੇਸ਼ੱਕ ਜਿੰਨੀ ਮਰਜ਼ੀ ਕਰਾ ਕਰਦੇ ਲੋਕਿਆਂ ਚ ਪਈ ਇਹ ਐ ਇੱਕੜੀ ਗੱਲ ਇਹ ਭਾਜੀਪੀ ਕੀ ਵੀ ਸਮਝਣਾ ਚਾਹੀਦੀ ਜਿੱਥੋਂ ਤੱਕ ਆਜ਼ਾਦ ਹੁੰਦਾ ਸਰਬੰਦ ਹੈ ਤੇ ਉਹਨ ਦਿਖਣੇ ਚ ਇਹ ਹਵਾ ਕਰਦਾ ਹੈ ਕਿ ਜੋਰ-ਚੋਰ ਤੇ ਬੜਾ ਚਲਾ ਕਰਦਾ ਪੋਸਟਰ ਬੜੇ ਲਗਾ ਕਰਦੇ ਨੇ ਲੀਡਰ ਤੋਂ ਸੇ ਦੇਖੋ ਭਾਈ ਤਾਂ ਕਿਹਦੀਆਂ ਧਾਂਕਾਂ ਜਿਹੜੀਆਂ ਨਾ ਉਹ ਮਰਤਨ ਵਿੱਚ ਜਿਹੜੀਆਂ ਉਹ ਸਤੀਫੇ ਜਿਹੜੇ ਉਹ ਕਰਦੇ ਨੇ ਪਰ ਉਹ ਆਉਣੇ ਵਾਲੇ ਸਮਾਂ ਇਹ ਦੱਸੂਗ ਪਈ ਇਸ ਸਤੀਫੇ ਜਿਹੜੇ ਨਾ ਜਾਂ ਇੰਨੇ ਲੀਡਰ ਜਿਹੜੇ ਹੁੰਦੇ ਕੰਨਾਂ ਜੁੜਾ ਕਰਦੇ ਨੇ ਲੋਕਾਂ ਚ ਕਿੰਨੇ ਨੇ ਔਰ ਆ ਯਾ ਇਨੇ ਲੋਕਿੰਗ ਯ ਆਪਣੀ ਬਾਕੀ ਕੀਆਂ ਕਰ ਸਕਦੇ ਨੇ ਕੀ ਕਿ ਪਹਿਲਾਂ ਤੇ ਪਾਰਟੀ ਦਾ ਕੈਡਰ ਹਾ ਕਾਂਗਰਸ ਪਾਰਟੀ ਜਿਹੜੀ ਹੀ ਉਹ ਤੁਸੀਂ ਪਤਾ ਹੈ ਪੁਰਾਣੀ ਪਾਰਟੀ ਆ ਔਰ ਉਹਦਾ ਜਿਹੜਾ ਕਾਰਕਟਰਤਾ ਹੈ ਉਹ ਜਿਹੜਾ ਹੈ ਉਹ ਹਰ ਗਰਾਹ ਚ ਹੈ ਪਰ ਦਿਖਿਆ ਜਾ ਕਰਦਾ ਹੈ ਕਿ ਜਿਹੜੇ ਵੀ ਸਤੀਫਾ ਕਰਦੇ ਨੇ ਉਹਦੇ ਚ ਲੀਡਰ ਮਤੇ ਆਵਾ ਕਰਦੇ ਨੇ ਕਾਰਕਟਰਤਾ ਕੋਈ ਨਹੀਂ ਲੱਭਾ ਕਰਦਾ ਇਹ ਉਸ ਵੇਲੇ ਗੱਲ ਲੱਭਣਾ ਹੈ ਕਿ ਜਿਸ ਵੇਲੇ ਜਮੀਨੀ ਸਤ੍ਹਾ ਉੱਪਰ ਰੈਲੀਆਂ ਕਰਦੇ ਨੇ ਉਸ ਵੇਲੇ ਕਿ ਸਹੀ ਮੈਨੇਜ ਪਤਾ ਲੱਗਣਾ ਹੈ ਕਿ ਇਹ ਜਿਹੜੀ ਪਾਰਟੀ ਹੈ ਇਹ ਜੰਮੂ ਕਸ਼ਮੀਰ ਵਿੱਚ ਕੀ ਕਰੀ ਸਕਦੀ ਹੈ ਤਜਰਬਾ ਠੀਕ ਹੈ ਲੋਕ ਆਖਾ ਕਰਦੇ ਨੇ ਪਰ ਤਜਰਬਾ ਉਸ ਵੇਲੇ ਸਹੀ ਲੱਭਣਾ ਹੈ ਕਿ ਜਿਸ ਵੇਲੇ ਪਬਲਿਕ ਲੋਕ ਜਿਹੜੇ ਨੇ ਉਹ ਕਿੰਨੇ ਅਜਾਦ ਸਾਹਿਬ ਹੁੰਦੇ ਆਲੀ ਬਖੀ ਜੰਦੇ ਨੇ ਔਰ ਭਾਜਪੀ ਕੀ ਇਹ ਵੀ ਧਿਆਨ ਰੱਖਣਾ ਹੋਗ ਕਿ ਆਜ਼ਾਦ ਸਾਹਿਬ ਜਿਹੜੇ ਨੇ ਉਹ بڑے ਗੂੜੇ ਦੇ ਨੇਤਾ ਕੀ ਕੇ ਉਹਨੇ ਦੇਖਣਾ ਹੈ ਇਹ ਮਤ ਸੋਚੋ ਕਿ ਉਹਨੇ ਕੀ ਕਰਨਾ ਹੈ ਉਹਨੇ ਉਹ ਕਰਨਾ ਹੈ ਜਿਹੜਾ ਉਹਦੇ ਦਿਮਾਗਾ ਚ ਚਲਾ ਕਰਦਾ ਇੰਨੀ ਲੰਮੀ ਰਾਜਨੀਤਿਕ ਪਾਰਟੀ ਖੇਡਣਿਆਲਾ ਇਨਸਾਨ ਜਿਹੜਾ ਹੈ ਉਹਨੇ ਉਸ ਬੱਕੀ ਕੇ ਗੈਂ ਭਰ ਲਈ ਹੈ ਜਿੱਥੇ ਉਸੇ ਫਾਇਦਾ ਹੋ